ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਸੱਜਣ ਆਉਂਦਾ। ਉਹ ਗਰੀਬ ਬੜਾ, ਪਰ ਉਹਦੇ ਕੋਲ ਗੁਣ ਹੈ ਕਿ ਉਹ ਅੱਖਰ ਜੋੜ ਕੇ ਕਵਿਤਾ ਲਿਖ ਲੈਂਦਾ। ਇਹ ਰੱਬ ਵੱਲੋਂ ਗੁਣ ਹੁੰਦੇ ਨੇ, ਸਾਰੇ ਨਹੀਂ ਬੰਦੇ ਲਿਖ ਸਕਦੇ। ਤੁਹਾਡੇ ਨੱਕਰ ਵਿੱਚ ਵੀ ਇੱਕ ਸੱਜਣ ਹੈ, ਉਹ ਸ਼ਾਇਦ ਇੱਥੇ ਆਏ ਹੋਣ ਜਾਂ ਨਾ ਹੋਣ। ਉਹਨੇ ਸੋਹਣੇ ਸ਼ਬਦ ਅੱਖਰ ਜੋੜ ਕੇ ਜਿਹੜੇ ਲਿਖੇ ਪਾਤਸ਼ਾਹ ਦੀ ਸਿਫਤ ਵਿੱਚ, ਉਹ ਸੋਭਾ ਹੋਈ ਉਹਦੀ। ਸੋ ਜਦੋਂ ਉਹ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਆਇਆ, ਗਰੀਬ ਜਿਹਾ ਬੰਦਾ, ਪੈਰਾਂ ਦਾ ਜੋੜਾ ਵੀ ਟੁੱਟਿਆ, ਮੈਲੇ ਕੱਪੜੇ, ਕਿਸੇ ਗਰੀਬ ਉੱਤੇ ਰੱਬ ਨੂੰ ਜਾਂ ਰੱਬ ਦੇ ਪਿਆਰਿਆਂ ਨੂੰ ਤਰਸ ਆ ਸਕਦਾ? ਦੁਨੀਆਂ ਨੂੰ ਨਹੀਂ ਆਉਂਦਾ, ਗੁਰੂ ਨੂੰ ਆ ਸਕਦਾ। ਦੁਨੀਆਂ ਮਜ਼ਾਕ ਉਡਾਉਂਦੀ। ਜਦੋਂ ਆਇਆ ਉਹਨੇ ਆ ਕੇ ਸਿੱਖਾਂ ਨੂੰ ਪੁੱਛਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਦਰਬਾਰ ਕਦੋਂ ਲਾਉਂਦੇ? ਸਿੱਖ ਕਹਿੰਦੇ, ਤੂੰ ਕੀ ਲੈਣਾ? ਕਹਿੰਦਾ, ਜੀ ਮੈਂ ਵੀ ਕਵੀ ਆ। ਵਿੱਚੋਂ ਦੋ ਚਾਰ ਸਿੱਖ ਬੋਲੇ, ਕਹਿੰਦੇ, ਕੱਪੜੇ ਵੇਖੇ ਤੂੰ, ਇਹ ਕਵੀਆਂ ਵਾਲੇ, ਜੋੜਾ ਤੇਰਾ ਟੁੱਟਿਆ, ਮੈਲੇ ਤੇਰੇ ਕੱਪੜੇ ਨੇ, ਉਹ ਤੂੰ ਨਾ ਕਵੀ ਹੈ, ਕਵੀਆਂ ਵਾਲੇ ਕੱਪੜੇ ਵੇਖੇ ਨੇ। ਉਹ ਚੁੱਪ ਕਰ ਗਏ। ਇੱਕ ਸਿੱਖ ਨੂੰ ਤਰਸ ਆਇਆ, ਉਹ ਕਹਿੰਦਾ, ਭਾਈ ਕੋਈ ਗੱਲ ਨੀ, ਦਿਲ ਹੌਲਾ ਨਾ ਕਰ, ਸ਼ਾਮੀ 4 ਵਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਲਾਉਂਦੇ ਨੇ ਕਵੀਆਂ ਦਾ, ਤੂੰ ਵੀ ਆ ਜਾਈ। ਦਰਬਾਰ ਲੱਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਉਹ ਕਵੀ ਆ ਗਿਆ, ਆ ਕੇ ਨਮਸਕਾਰ ਕੀਤੀ। ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵੱਲ ਵੇਖ ਕੇ, ਪਾਤਸ਼ਾਹ ਨੇ ਪੁੱਛਿਆ, ਜੀ ਤੁਸੀਂ ਕੌਣ ਹੋ? ਉਹ ਹੱਥ ਜੋੜ ਕੇ ਕਹਿੰਦਾ, ਜੀ ਮੈਂ ਇੱਕ ਛੋਟਾ ਜਿਹਾ ਕਵੀ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜੀ ਕਿੱਥੋਂ ਆਏ ਹੋ? ਕਹਿੰਦਾ, ਜੀ ਮੈਂ ਕਟੌਚ ਰਿਆਸਤ ਤੋਂ ਆਇਆ, ਨੈਣਾ ਦੇਵੀ ਦਾ ਪਹਾੜ ਟੱਪ ਕੇ ਕਹਿਲੂਰ ਆਉਂਦਾ, ਕਹਿਲੂਰ ਤੋਂ ਅੱਗੇ ਕਟੌਚ। ਜੀ ਮੈਂ ਕਟੌਚ ਰਿਆਸਤ ਤੋਂ ਆਇਆ। ਪਾਤਸ਼ਾਹ ਕਹਿੰਦੇ, ਜੀ ਤੁਹਾਡਾ ਨਾਮ ਕੀ ਹੈ? ਉਹ ਬੰਦੇ ਨੇ ਬੜੇ ਸੁੰਦਰ ਢੰਗ ਨਾਲ ਗੱਲ ਕਹੀ, ਕਹਿੰਦਾ, ਜੀ ਗਰੀਬਾਂ ਦਾ ਨਾਮ ਹੁੰਦਾ, ਨਾਮ ਤੇ ਅਮੀਰਾਂ ਦਾ ਹੁੰਦਾ। ਮਹਾਰਾਜ, ਗਰੀਬੀ ਵਿੱਚ ਤਾਂ ਚੰਗੇ ਭਲੇ ਦਾ ਵੀ ਨਾਮ ਵਿਗੜ ਜਾਂਦਾ। ਪਾਤਸ਼ਾਹ ਬੜੇ ਖੁਸ਼ ਹੋਏ, ਕਹਿੰਦੇ, ਭਾਈ ਫਿਰ ਵੀ ਕੋਈ ਤੁਹਾਡੇ ਮਾਂ ਪਿਓ ਨੇ ਜਿਹੜਾ ਨਾਮ ਰੱਖਿਆ ਉਹ ਦੱਸੋ। ਤਾਂ ਉਹ ਕਵੀ ਬੋਲਿਆ, ਕਹਿੰਦਾ, ਮਹਾਰਾਜ ਮਾਂ ਪਿਓ ਨੇ ਨਾਮ ਰੱਖਿਆ ਸੀ ਹੰਸ ਰਾਮ, ਤੇ ਮਹਾਰਾਜ ਮੈਂ ਕਦੇ ਹੰਸ ਰਾਮ ਕੰਨਾਂ ਨਾਲ ਸੁਣਿਆ ਨੀ ਆਪਣਾ ਨਾਮ, ਨਾ ਮੈਨੂੰ ਕਿਸੇ ਨੇ ਹੰਸ ਰਾਮ ਕਿਹਾ। ਮਹਾਰਾਜ ਜਦੋਂ ਦਾ ਸੁਣਿਆ ਏਦਾਂ ਹੀ ਸੁਣਿਆ, ਲੋਕ ਹੰਸੂ ਹੀ ਕਹਿੰਦੇ ਆ। ਉਹ ਹੰਸੂ ਕੋਈ ਕਵਿਤਾ ਹੀ ਸੁਣਾ ਦੇ। ਕਹਿੰਦੇ, ਮਹਾਰਾਜ ਹੰਸੂ ਤਾਂ ਸੁਣਿਆ, ਹੰਸ ਰਾਮ ਕਦੇ ਮੈਂ ਸੁਣਿਆ ਨੀ ਨਾਮ, ਮਾਂ ਪਿਓ ਨੇ ਹੰਸ ਰਾਮ ਰੱਖਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਅਦਬ ਨਾਲ ਬੋਲੇ, ਕਹਿੰਦੇ, ਕਵੀ ਹੰਸ ਰਾਮ ਜੀ ਫਿਰ ਸੁਣਾਓ ਕੋਈ ਕਵਿਤਾ। ਜਦੋਂ ਜੀ ਸੁਣਿਆ ਨਾ ਉਹਨੇ ਨਾਲ, ਉਹਦੀਆਂ ਅੱਖਾਂ ਭਰ ਆਈਆਂ, ਵਾਹ ਦੀਨ ਦੁਨੀ ਦੇ ਪਾਤਸ਼ਾਹ, ਐਡਾ ਵੱਡਾ ਦਾਤਾ ਹੋਵੇ ਤੇ ਮੇਰਾ ਨਾਮ ਇੰਨੇ ਅਦਬ ਨਾਲ ਜੀ ਕਹਿੰਦੇ ਹੋ, ਕਵੀ ਹੰਸ ਰਾਮ ਜੀ ਇੰਨੇ ਅਦਬ ਨਾਲ। ਪਾਤਸ਼ਾਹ ਕਹਿੰਦੇ, ਕਵੀ ਹੰਸ ਰਾਮ ਜੀ ਸੁਣਾਓ ਕੁਝ। ਉਹਨੇ ਫਿਰ ਇੱਕ ਰੁਬਾਈ ਇੱਕ ਕਵਿਤਾ ਸੁਣਾਈ। ਜਦੋਂ ਇੱਕ ਕਵਿਤਾ ਸੁਣਾਇਆ, ਹਜ਼ੂਰ ਕਹਿੰਦੇ ਹੋਰ ਸੁਣਾਓ। ਉਹਨੇ ਇੱਕ ਕਵਿਤਾ ਹੋਰ ਸੁਣਾਈ। ਪਾਤਸ਼ਾਹ ਕਹਿੰਦੇ, ਭਾਈ ਹੋਰ ਸੁਣਾਓ। ਉਹਨੇ ਫਿਰ ਸੁਣਾਇਆ, ਹਜ਼ੂਰ ਕਹਿੰਦੇ ਜੋ ਹੋਰ ਆਉਂਦਾ ਉਹ ਵੀ ਸੁਣਾਓ। ਸਵਾ ਘੰਟਾ ਉਹਦੇ ਕੋਲੋਂ ਸੁਣਦੇ ਰਹੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪ੍ਰਸੰਨ ਹੋ ਗਏ ਨਾ ਸੁਣ ਕੇ, ਤੇ ਪਾਤਸ਼ਾਹ ਨੇ ਸਜੇ ਕਵੀਆਂ ਦੇ ਦਰਬਾਰ ਵਿੱਚ ਖਜ਼ਾਨਚੀ ਸੱਦਿਆ। ਆਪਣਾ ਖਜ਼ਾਨਚੀ ਸੱਦ ਕੇ ਪਾਤਸ਼ਾਹ ਕਹਿੰਦੇ, ਖਜ਼ਾਨਚੀ ਰਾਮ ਚੰਦ ਜੀ, ਖਜ਼ਾਨਾ ਵੇਖੋ ਕਿੰਨੀ ਕਮਾਇਆ ਪਈ। ਕਹਿੰਦੇ, ਮਹਾਰਾਜ ਸਤਿ ਵਚਨ, ਖਜ਼ਾਨਾ ਵੇਖਿਆ
ਖਜਾਨਜੀ ਆ ਕੇ ਕਹਿੰਦਾ ਜੀ 18,000 ਰਜਤਪਣ ਪਿਆ। ਰਜਤਪਣ ਕਹਿੰਦੇ ਨੇ ਚਾਂਦੀ ਦੀਆਂ ਮੋਹਰਾਂ, ਉਸ ਵਕਤ ਚਾਂਦੀ ਦੀਆਂ ਮੋਹਰਾਂ ਚੱਲਦੀਆਂ ਸੀ। ਕਹਿੰਦੇ ਜੀ 18,000 ਰਜਤਪਣ ਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ। ਕਹਿੰਦੇ ਖਜ਼ਾਨਜੀ ਰਾਮ ਚੰਦ ਜੀ ਥੈਲੀਆਂ ਭਰ ਲਿਆਓ, ਪੂਰੇ ਦਾ ਪੂਰਾ ਖਜ਼ਾਨਾ ਕਵੀ ਹੰਸ ਰਾਮ ਜੀ ਦਿੰਦੇ। ਜਦੋਂ ਇੰਨੀ ਗੱਲ ਕਹੀ ਉਹਨੇ ਹੱਥ ਜੋੜ ਕੇ ਅੱਖਾਂ ਭਰ ਲਈਆਂ, ਮਹਾਰਾਜ ਮਜ਼ਾਕ ਕਰਦੇ ਹੋ? ਪਾਤਸ਼ਾਹ ਮੈਨੂੰ ਤਾਂ 2-4 ਮੋਹਰਾਂ ਦੇ ਦਿਓ, ਮੇਰੀ ਗਰੀਬੀ ਕੱਟੀ ਜਾਣੀ ਹੈ। ਮਹਾਰਾਜ ਮੈਂ ਇੰਨਾ ਖਜ਼ਾਨਾ ਕੀ ਕਰਨਾ, ਗਰੀਬ ਬੰਦਾ ਕਿੱਥੇ ਰੱਖਾਂਗਾ? ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਤੈਨੂੰ ਗਰੀਬ ਨੀ ਰਹਿਣ ਦੇਣਾ ਕਵੀ ਹੰਸ ਰਾਮ ਜੀ, ਤੁਹਾਨੂੰ ਰਾਜੇ ਬਣਾਉਣੇ, ਰਾਜੇ ਪੂਰਾ ਖਜ਼ਾਨਾ ਤੁਹਾਨੂੰ ਥੈਲੀਆਂ ਭਰ ਲਿਆਂਦੀਆਂ, ਖਜ਼ਾਨਾ ਖਾਲੀ ਕੀਤਾ, 18,000 ਰਜਤਪਣ ਮੋਹਰੇ ਰੱਖ ਦਿੱਤੀਆਂ ਥੈਲੀਆਂ, ਪੂਰੇ ਭਰਿਆ ਹੋਇਆ ਪੰਡਾਲ ਦੀਵਾਨ ਦੇਖੇ। ਫਿਰ ਪਾਤਸ਼ਾਹ ਬੋਲੇ ਕਹਿੰਦੇ ਖਜ਼ਾਨਜੀ ਰਾਮ ਚੰਦ ਜੀ, ਕਹਿੰਦੇ ਮਹਾਰਾਜ ਹੁਕਮ। ਕਹਿੰਦੇ ਜਿਹੜਾ ਗਵਾਲੀਅਰ ਦੀ ਸੰਗਤ ਨੇ ਹੱਥੀ ਭੇਂਟ ਕੀਤਾ? ਕਹਿੰਦੇ ਹਾਂਜੀ ਮਹਾਰਾਜ। ਕਹਿੰਦੇ ਉਹਦੇ ਉੱਤੇ ਪਾਲਕੀ ਸਜਾਓ, ਉਹ ਹਾਥੀ ਵੀ ਕਵੀ ਹੰਸ ਰਾਮ ਨੂੰ ਦੇ ਦਿਓ। ਜਦੋਂ ਕਿਤੇ ਆਉਣ ਜਾਣ ਹਾਥੀਆਂ ਤੇ ਆਇਆ ਕਰ, ਕਿਉਂਕਿ ਰਾਜੇ ਲੋਕ ਹਾਥੀਆਂ ਤੇ ਆਉਂਦੇ। ਉਹ ਰੋ ਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਾਥੀ ਵੀ ਉਹਨੂੰ ਦਿੱਤਾ, ਖਜ਼ਾਨਾ ਵੀ ਦਿੱਤਾ। ਜਦੋਂ ਉਹ ਕਟੋਚ ਰਿਆਸਤ ਵੱਲ ਤੁਰਨ ਲੱਗਾ ਆਨੰਦਪੁਰ ਸਾਹਿਬ ਤੋਂ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਵਿਦਿਆ ਕਰਨ ਆਏ, ਪਾਤਸ਼ਾਹ ਨੇ ਕਿਹਾ ਜੀ ਹਾਥੀ ਤੇ ਬੈਠੋ। ਨਾਲ 11 ਸਿੱਖ ਦਿੱਤੇ, ਘੋੜਿਆਂ ਤੇ ਖਜ਼ਾਨਾ ਲੱਦਿਆ। ਕਹਿੰਦੇ ਜਾਓ ਇਹਦੇ ਪਿੰਡ ਛੱਡ ਕੇ ਆਓ, ਜਦੋਂ ਇਹ ਪਿੰਡ ਜਾਵੇ ਨਾ, ਇਲਾਕੇ ਦੇ ਲੋਕ ਪਿੰਡ ਦੇ ਵੇਖਣ ਕੋਈ ਕਵੀ ਹੰਸ ਰਾਮ ਆ ਰਿਹਾ, ਕਿਸੇ ਕਵੀ ਹੰਸ ਰਾਮ ਨੂੰ ਗੁਰੂ ਨੇ ਰਾਜਾ ਬਣਾ ਦਿੱਤਾ, ਇਹਦੇ ਪਿੰਡ ਛੱਡ ਕੇ ਆਓ। ਹਾਥੀ ਤੇ ਬਿਠਾਇਆ, ਖਜ਼ਾਨਾ ਲੱਦ ਦਿੱਤਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਰਨ ਲੱਗੇ ਨਾ, ਹੰਸ ਰਾਮ ਕਵੀ ਰੋ ਪਿਆ। ਬਾਦਸ਼ਾਹ ਕਹਿੰਦੇ ਜੀ ਹੁਣ ਕਿਉਂ ਰੋਂਦੇ ਹੋ? ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ, ਤੁਸੀਂ ਆਪ ਦਿੱਤਾ। ਮਹਾਰਾਜ ਮੈਂ ਖਜ਼ਾਨਾ ਮੰਗਿਆ ਨਹੀਂ, ਮਹਾਰਾਜ ਤੁਸੀਂ ਆਪੇ ਦਿੱਤਾ। ਹੇ ਪਾਤਸ਼ਾਹ ਹੁਣ ਇੱਕ ਕਿਰਪਾ ਕਰੋ, ਇੱਕ ਚੀਜ਼ ਮੈਂ ਮੰਗ ਕੇ ਲੈਣੀ। ਜਿਹੜੇ ਕੋਲ ਬੰਦੇ ਈਰਖਾ ਕਰਨ ਵਾਲੇ ਸੀ ਨਾ, ਉਹ ਵੇਖ ਕੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ। ਕਹਿੰਦੇ ਲੋ ਆ ਗਿਆ ਨਾ ਨੀਚਤਾ ਤੇ, ਦਿਖਾਤੀ ਇਹਨੇ ਆਪਣੀ ਗਰੀਬੀ, ਮਹਾਰਾਜ ਨੇ ਇੰਨਾ ਕੁਝ ਦਿੱਤਾ, ਇਹ ਫਿਰ ਕਹਿੰਦਾ ਮੈਂ ਕੁਝ ਮੰਗਣਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੱਸੋ ਕੀ ਚਾਹੀਦਾ? ਕਵੀ ਹੰਸ ਰਾਮ ਬੋਲਿਆ ਆਹ ਚੀਜ਼ ਆਪਾਂ ਸਾਰਿਆਂ ਨੂੰ ਮੰਗਣ ਦੀ ਲੋੜ ਹੈ। ਕਵੀ ਹੰਸ ਰਾਮ ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ, ਤੁਸੀਂ ਆਪੇ ਹੀ ਦਿੱਤਾ। ਮੈਂ ਖਜ਼ਾਨਾ ਮੰਗਿਆ ਨਹੀਂ, ਤੁਸੀਂ ਖੁਸ਼ ਹੋ ਕੇ ਆਪੇ ਹੀ ਦਿੱਤਾ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹੋ, ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਚ ਥਾਂ ਦੇ ਦਿਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਵਿੱਚ ਆ ਕੇ ਕਵੀ ਹੰਸ ਰਾਮ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ। ਕਹਿੰਦੇ ਹੰਸ ਰਾਮ ਜੀ ਆਨੰਦਪੁਰ ਸਾਹਿਬ ਆਉਂਦੇ ਰਿਹੋ, ਆਨੰਦਪੁਰ ਸਾਹਿਬ ਆਉਂਦੇ ਰਿਹੋ, ਗੁਰੂ ਨਾਨਕ ਨਦਰ ਕਰਨਗੇ, ਤੁਹਾਨੂੰ ਥਾਂ ਜ਼ਰੂਰ ਮਿਲੇਗੀ। ਕਦੇ 52 ਕਵੀਆਂ ਦੀ ਲਿਸਟ ਪੜਿਓ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀ, ਉਹਦੇ ਵਿੱਚ ਇੱਕ ਕਵੀ ਹੰਸ ਰਾਮ ਜੀ ਵੀ ਪੜੋਂਗੇ ਤੁਸੀਂ। ਪਾਤਸ਼ਾਹ ਨੇ ਥਾਂ ਦਿੱਤੀ। ਫਿਰ ਜਦੋਂ ਹਾਥੀ ਤੇ ਬਿਠਾਇਆ, ਉਹਨੂੰ ਖਜ਼ਾਨਾ ਲੱਦ ਕੇ ਸਿੱਖ ਤੋਰੇ, ਪਾਤਸ਼ਾਹ ਨੇ ਕਿਹਾ ਮੋਹਰੇ ਨਗਾਰਾ ਵਜਾਓ ਭਾਈ। ਇੱਕ ਸਿੱਖ ਇੱਕ ਘੋੜੇ ਤੇ ਨਗਾਰਾ ਬੰਨਿਆ, ਨਗਾਰੇ ਵਜਾ ਕੇ ਉਹਦੇ ਪਿੰਡ ਛੱਡਣ ਗਏ।
ਤੁਰਨ ਲੱਗੇ ਤੇ ਕਵੀ ਹੰਸ ਰਾਮ ਕਹਿੰਦਾ ਮਹਾਰਾਜ ਸੁਣਿਆ ਸੀ ਕਿ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਮਹਾਰਾਜ ਅੱਜ ਵੇਖ ਲਿਆ।